ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ, ਇਸ ਦੀ ਗਵਾਹੀ ਭਰਦੀਆਂ ਨੇ ਇਹ ਤਸਵੀਰਾਂ। ਜ਼ਰਾ ਗੌਰ ਨਾਲ ਦੇਖੋ, ਪੈਦਲ ਇੱਕ ਮਹਿਲਾ ਜਾ ਰਹੀ ਹੈ ਔਰ ਮੋਢੇ ਤੇ ਉਸਨੇ ਪਰਸ ਨੂੰ ਟੰਗਿਆ ਹੋਇਆ। ਇੰਨੇ ਨੂੰ ਬਾਈਕ ਤੇ ਚੜੇ ਚੜਾਏ ਤਿੰਨ ਲੁਟੇਰੇ ਆਏ, ਜਿਨ੍ਹਾਂ ਨੇ ਮਹਿਲਾ ਦਾ ਪਰਸ ਝਪਟ ਲਿਆ ਔਰ ਇੱਥੋਂ ਫਰਾਰ ਹੋ ਗਏ। ਹਾਲਾਂਕਿ ਮਹਿਲਾ ਨੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਰੌਲਾ ਵੀ ਪਾਇਆ, ਪਰ ਉਦੋਂ ਤੱਕ ਇਹ ਲੁਟੇਰੇ ਇੱਥੋਂ ਫਰਾਰ ਹੋ ਚੁੱਕੇ ਸੀ। ਫਰੀਦਕੋਟ ਦੇ ਵਿੱਚ ਇਹ ਵਾਰਦਾਤ ਹੋਈ ਹੈ। ਭਰੇ ਬਾਜ਼ਾਰ ਦੇ ਵਿੱਚ ਮਹਿਲਾ ਤੁਰੀ ਜਾ ਰਹੀ ਸੀ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਟਾਈਮ ਚੱਕਿਆ ਗਿਆ ਔਰ ਮਹਿਲਾ ਦੇ ਸਾਈਡ 'ਤੇ ਆ ਕੇ ਇੱਕ ਲੁਟੇਰੇ ਨੇ ਪਰਸ ਨੂੰ ਹੱਥ ਪਾਇਆ ਅਤੇ ਝਪਟ ਕੇ ਲੈ ਗਏ। ਇਹਨਾਂ ਦਾ ਪੂਰਾ ਕਾਰਨਾਮਾ ਇੱਥੇ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਲੁਟੇਰਿਆਂ ਦੀ ਪਛਾਣ ਅਤੇ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇ। ਤਾਂ ਮਹਿਲਾ ਪਰਸ ਮੋਢੇ 'ਤੇ ਟੰਗ ਕੇ ਤੁਰੀ ਜਾ ਰਹੀ ਸੀ, ਪਿੱਛੋਂ ਆਏ ਬਾਈਕ ਸਵਾਰ ਤਿੰਨ ਲੁਟੇਰੇ, ਜਿਨ੍ਹਾਂ ਨੇ ਬੈਠੇ ਬਿਠਾਏ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਪਰਸ ਨੂੰ ਖੋਹ ਕੇ ਇੱਥੋਂ ਫਰਾਰ ਹੋਏ ਨੇ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਹ ਵਾਰਦਾਤ ਹੋਈ ਹੈ। ਭਰੇ ਬਾਜ਼ਾਰ ਦੇ ਵਿੱਚ ਇਹਨਾਂ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ, ਇਸ ਦੀ ਗਵਾਹੀ ਭਰਦੀਆਂ ਨੇ ਇਹ ਤਸਵੀਰਾਂ। ਜ਼ਰਾ ਗੌਰ ਨਾਲ ਦੇਖੋ, ਪੈਦਲ ਇੱਕ ਮਹਿਲਾ ਜਾ ਰਹੀ ਹੈ ਔਰ ਮੋਢੇ 'ਤੇ ਉਸਨੇ ਪਰਸ ਨੂੰ ਟੰਗਿਆ ਹੋਇਆ। ਇੰਨੇ ਨੂੰ ਬਾਈਕ 'ਤੇ ਚੜੇ ਚੜਾਏ ਤਿੰਨ ਲੁਟੇਰੇ ਆਏ, ਜਿਨ੍ਹਾਂ ਨੇ ਮਹਿਲਾ ਦਾ ਪਰਸ ਝਪਟ ਲਿਆ ਔਰ ਇੱਥੋਂ ਫਰਾਰ ਹੋ ਗਏ। ਹਾਲਾਂਕਿ ਮਹਿਲਾ ਨੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਰੌਲਾ ਵੀ ਪਾਇਆ, ਪਰ ਉਦੋਂ ਤੱਕ ਇਹ ਲੁਟੇਰੇ ਇੱਥੋਂ ਫਰਾਰ ਹੋ ਚੁੱਕੇ ਸੀ। ਫਰੀਦਕੋਟ ਦੇ ਵਿੱਚ ਇਹ ਵਾਰਦਾਤ ਹੋਈ ਹੈ। ਭਰੇ ਬਾਜ਼ਾਰ ਦੇ ਵਿੱਚ ਮਹਿਲਾ ਤੁਰੀ ਜਾ ਰਹੀ ਸੀ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਟਾਈਮ ਚੱਕਿਆ ਗਿਆ ਔਰ ਮਹਿਲਾ ਦੇ ਸਾਈਡ 'ਤੇ ਆ ਕੇ ਇੱਕ ਲੁਟੇਰੇ ਨੇ ਪਰਸ ਨੂੰ ਹੱਥ ਪਾਇਆ ਅਤੇ ਝਪਟ ਕੇ ਲੈ ਗਏ। ਇਹਨਾਂ ਦਾ ਪੂਰਾ ਕਾਰਨਾਮਾ ਇੱਥੇ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਲੁਟੇਰਿਆਂ ਦੀ ਪਛਾਣ ਅਤੇ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇ। ਤਾਂ ਮਹਿਲਾ ਪਰਸ ਮੋਢੇ 'ਤੇ ਟੰਗ ਕੇ ਤੁਰੀ ਜਾ ਰਹੀ ਸੀ, ਪਿੱਛੋਂ ਆਏ ਬਾਈਕ ਸਵਾਰ ਤਿੰਨ ਲੁਟੇਰੇ, ਜਿਨ੍ਹਾਂ ਨੇ ਬੈਠੇ ਬਿਠਾਏ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਪਰਸ ਨੂੰ ਖੋਹ ਕੇ ਇੱਥੋਂ ਫਰਾਰ ਹੋਏ ਨੇ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਹ ਵਾਰਦਾਤ ਹੋਈ ਹੈ। ਭਰੇ ਬਾਜ਼ਾਰ ਦੇ ਵਿੱਚ ਇਹਨਾਂ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਨੇ, ਇਸ ਦੀ ਗਵਾਹੀ ਭਰਦੀਆਂ ਨੇ ਇਹ ਤਸਵੀਰਾਂ। ਜ਼ਰਾ ਗੌਰ ਨਾਲ ਦੇਖੋ, ਪੈਦਲ ਇੱਕ ਮਹਿਲਾ ਜਾ ਰਹੀ ਹੈ ਔਰ ਮੋਢੇ 'ਤੇ ਉਸਨੇ ਪਰਸ ਨੂੰ ਟੰਗਿਆ ਹੋਇਆ। ਇੰਨੇ ਨੂੰ ਬਾਈਕ 'ਤੇ ਚੜੇ ਚੜਾਏ ਤਿੰਨ ਲੁਟੇਰੇ ਆਏ, ਜਿਨ੍ਹਾਂ ਨੇ ਮਹਿਲਾ ਦਾ ਪਰਸ ਝਪਟ ਲਿਆ ਔਰ ਇੱਥੋਂ ਫਰਾਰ ਹੋ ਗਏ। ਹਾਲਾਂਕਿ ਮਹਿਲਾ ਨੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਰੌਲਾ ਵੀ ਪਾਇਆ, ਪਰ ਉਦੋਂ ਤੱਕ ਇਹ ਲੁਟੇਰੇ ਇੱਥੋਂ ਫਰਾਰ ਹੋ ਚੁੱਕੇ ਸੀ। ਫਰੀਦਕੋਟ ਦੇ ਵਿੱਚ ਇਹ ਵਾਰਦਾਤ ਹੋਈ ਹੈ। ਭਰੇ ਬਾਜ਼ਾਰ ਦੇ ਵਿੱਚ ਮਹਿਲਾ ਤੁਰੀ ਜਾ ਰਹੀ ਸੀ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਟਾਈਮ ਚੱਕਿਆ ਗਿਆ ਔਰ ਮਹਿਲਾ ਦੇ ਸਾਈਡ 'ਤੇ ਆ ਕੇ ਇੱਕ ਲੁਟੇਰੇ ਨੇ ਪਰਸ ਨੂੰ ਹੱਥ ਪਾਇਆ ਅਤੇ ਝਪਟ ਕੇ ਲੈ ਗਏ। ਇਹਨਾਂ ਦਾ ਪੂਰਾ ਕਾਰਨਾਮਾ ਇੱਥੇ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਲੁਟੇਰਿਆਂ ਦੀ ਪਛਾਣ ਅਤੇ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇ। ਤਾਂ ਮਹਿਲਾ ਪਰਸ ਮੋਢੇ 'ਤੇ ਟੰਗ ਕੇ ਤੁਰੀ ਜਾ ਰਹੀ ਸੀ, ਪਿੱਛੋਂ ਆਏ ਬਾਈਕ ਸਵਾਰ ਤਿੰਨ ਲੁਟੇਰੇ, ਜਿਨ੍ਹਾਂ ਨੇ ਬੈਠੇ ਬਿਠਾਏ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਪਰਸ ਨੂੰ ਖੋਹ ਕੇ ਇੱਥੋਂ ਫਰਾਰ ਹੋਏ ਨੇ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਹ ਵਾਰਦਾਤ ਹੋਈ ਹੈ।
ਭਰੇ ਬਾਜ਼ਾਰ ਦੇ ਵਿੱਚ ਇਹਨਾਂ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।